ਜਿਹਨਾਂ ਦਿਨ ਹਰ ਧਿਆਇਆ ਬਿਲਕੁਲ ਪ੍ਰਭੂਣੀ ਧਿਆਇਆ ਪ੍ਰਤਿਮਾ ਭਗਤ ਤੱਕ ਨੂੰ ਸਹਿਜੋ ਪ੍ਰਤਸੰਗਤ ਸਵਾਈ ਸਰਦਾਰ ਜੀ ਦੀ ਬਲੈਕ ਟੀ ਮੇਰੀ ਆ ਨਾਲ ਬਰਫੀ ਤਾਂ ਚੂਰਾ ਹੀ ਬਣ ਗਿਆ, ਗਰਮ ਕੀਤੀ ਨਾ ਮਾਈਕਰੋ 'ਚ, ਨਾਲ ਮੇਰੇ ਬਨ, ਮੈਂ ਆਵਲੇ ਬਨ ਖਾਂਦੀ ਹਾਂ, ਇਹ ਮੈਨੂੰ ਬਹੁਤ ਟੇਸਟੀ ਲੱਗਦੇ ਆ। ਰੈਡੀ ਹੋ ਕੇ ਖੜ੍ਹੇ ਨੇ, ਇਹਨਾਂ ਦੀ ਫੋਟੋ ਹੀ ਨਹੀਂ ਸਾਫ਼ ਹੁੰਦੀ ਪਈ, ਗੁੱਸੇ 'ਚ ਇਸ ਲਈ ਨੇ ਕਿਉਂਕਿ ਮੰਨਤ ਹਜੇ ਪੂਰੀ ਤਰ੍ਹਾਂ ਰੈਡੀ ਨਹੀਂ ਹੋਈ, ਹੈ ਨਾ। ਔਰ ਸਾਡੇ ਗੁਰਦੁਆਰੇ ਪਲਸਤਰ, ਮਤਲਬ ਕੰਧਾਂ ਨੂੰ ਪਲਸਤਰ ਦਾ ਕੰਮ ਚੱਲ ਪਿਆ, ਅਤੇ ਆਹ ਦੇਖੋ ਕਿੰਨਾ ਕੁ ਹੋ ਗਿਆ ਆ। ਫਿਰ ਮਿਸਤਰੀ ਲੱਗੇ ਹੁੰਦੇ, ਫਿਰ ਉਸ 'ਚ ਮੈਂ ਵੀ ਨਹੀਂ ਹੁੰਦੀ, ਸ਼ਾਮਾਂ ਨੂੰ ਲੇਟ ਜਾਂਦੇ ਆ, ਅਤੇ ਆਹ ਦੇਖੋ ਇੰਨਾ ਕੁ ਉਹ ਲਾਸਟ ਤੱਕ ਹੋ ਗਿਆ, ਅਤੇ ਕਿੱਡਾ ਸੋਹਣਾ ਲੱਗਦਾ ਪਿਆ ਆ, ਕਾਫੀ ਫਿਨਿਸ਼ਿੰਗ ਹੈ ਇਹਨਾਂ ਦੀ, ਬਹੁਤ ਸੋਹਣਾ। ਇੱਧਰ ਤਾਂ ਚਲੋ ਆ ਗੁਰਦੁਆਰੇ ਦੀ ਕੰਧ ਹੈ ਹੀ ਆ, ਔਰ ਲੰਮੇ ਤਾਂ ਲੰਮਾ ਹੈ ਪੂਰਾ। ਔਰ ਅੱਜ ਮੈਂ ਧੋਣ ਲੱਗੀ ਹਾਂ ਕੰਬਲ, ਖੇਸ ਮੇਹਰ ਨੂੰ 2 ਮਿੰਟ ਕਿਹਾ ਕਿ ਪਾਏ ਸੀਗੇ ਉਹਦੇ 'ਚ ਕੁਛ ਟੱਪ 'ਚ ਪਾ ਕੇ, ਮੇਹਰ ਹੁਣ ਲਤੜ ਦੇਗਾ ਚੰਗੀ ਤਰ੍ਹਾਂ ਪੈਰਾਂ ਨਾਲ। ਸਕੂਲ ਬੱਸ ਗਈ, ਇੱਧਰ ਬੈਠੇ ਹੋਏ ਆ ਸਰਦਾਰ ਜੀ। ਹਾਂ ਰੱਖ ਦਿਓ ਸਾਰੇ ਧੋਣ ਵਾਲੇ ਆ, ਬਾਕੀ ਮੈਂ ਮਸ਼ੀਨ 'ਚ ਧੋ ਲੂੰਗੀ। ਹੁਣ ਮੇਹਰ ਆ ਕਰਦਾ ਪਿਆ ਆ ਮੇਹਰ, ਉਸ ਤੋਂ ਬਾਅਦ ਇਹਨੇ ਸਕੂਲ ਹੀ ਰੈਡੀ ਹੋਣਾ ਆ। ਬਸ ਠੀਕ ਆ, ਹੁਣ ਪੈਰ ਧੋ ਲੈ ਤੇ ਹੋ ਜਾਣਾ ਨਾਲ, ਠੀਕ ਹੈ। ਇਹ ਤਿਆਰ ਸ਼ਿਆਰ ਹੋ ਕੇ ਤੇ ਮੈਂ ਇੱਦਾਂ ਹੀ, ਬੋਲਣਾ ਚਾਹੋਗੇ ਕੁਛ? ਬੋਲ ਲਿਆ ਕਰੋ ਕਦੀ, ਉੱਦਾਂ ਇੰਨਾ ਬੋਲਦੇ ਨੇ ਬਟ ਇੱਥੇ ਹੀ ਨਹੀਂ ਬੋਲਦੇ। ਟਾਈਮ ਕਿੰਨਾ ਹੋ ਗਿਆ ਆ? 7:15 ਨਹੀਂ ਹੋਏ ਅਜੇ, ਬਸ ਹੁਣ ਆਪਾਂ ਇਹ ਜਾਂਦੇ ਆ। ਉਸ ਤੋਂ ਬਾਅਦ 'ਚ ਇੱਕ ਵਾਰੀ ਬਹਿ ਕੇ ਚੰਗੀ ਤਰ੍ਹਾਂ ਨਾ ਰਿਲੈਕਸ ਹੋ ਕੇ ਚਾਹ ਪੀਵਾਂਗੀ, ਘੁੱਟ ਘੋਰ ਇਹਨਾਂ ਨਾਲ ਤਾਂ ਪੀਤੀ ਹੈ, ਫਿਰ ਪੀਊਂਗੀ ਇੱਕ ਵਾਰੀ। ਹੁਣ ਜੀ ਕਰਦਾ ਪਿਆ ਆ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਬਿਲਕੁਲ ਠੀਕ ਹੋਵੋਗੇ। ਪਲੀਜ਼ ਜਿਹੜਾ ਵੀ ਮੇਰੇ ਚੈਨਲ 'ਤੇ ਨਿਊ ਹੈ, ਚੈਨਲ ਨੂੰ ਲਾਈਕ, ਕਮੈਂਟ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਤੁਹਾਨੂੰ ਸਿਰ ਮੈਂ ਦਿਖਾਇਆ ਸੀਗਾ ਕਿ ਮੈਂ ਕੱਪੜੇ ਧੋਣ ਲੱਗੀ ਹਾਂ, ਅਤੇ ਟਾਈਮ ਹੋ ਗਿਆ, ਮੈਂ ਲੱਗਦਾ 9:45 ਹੋ ਗਿਆ, ਮੇਰੇ ਸਾਰੇ ਕੱਪੜੇ ਧੁੱਪ ਚੁੱਕੇ ਆ, ਸੂਟ ਵੀ ਚੇਂਜ ਕਰ ਲਏ ਕੱਪੜੇ ਧੋਂਦੇ, ਸਾਰੇ ਕੱਪੜੇ ਗਿੱਲੇ ਹੋ ਗਏ ਸੀ, ਅਤੇ ਇਸ ਕਰਕੇ ਹੁਣ ਮੈਂ ਫਿਰ ਦੁਬਾਰਾ ਤੋਂ ਨਹਾਤੀ ਹਾਂ ਸੂਟ ਚੇਂਜ ਕਰਕੇ, ਅਤੇ ਫਿਰ ਮੈਂ ਕਿਹਾ ਚੱਲ ਇੱਕ ਵਾਰੀ ਤੁਹਾਨੂੰ ਦਿਖਾਵਾਂ। ਕਹਿੰਦਾ ਕੰਬਲ ਮੈਂ ਇੱਥੇ ਟੰਗਤੇ ਆ, ਮੋਟੇ ਕੰਬਲ ਸੀਗੇ ਕਿਉਂਕਿ ਮਸ਼ੀਨ ਖਰਾਬ ਹੈ, ਮਸ਼ੀਨ 'ਚ ਸੁੱਕਣੇ ਨਹੀਂ, ਇੱਥੇ ਪਾਣੀ ਚੰਗੀ ਤਰ੍ਹਾਂ ਇਹਨਾਂ ਦਾ ਨੁੱਚੜ ਜਾਏਗਾ, ਫਿਰ ਨਿਚੋੜ ਕੇ ਇਹਨਾਂ ਨੂੰ ਸੁੱਕਣੇ ਪਾ ਦੂੰਗੀ। ਇੱਧਰ ਆਏ ਆ ਸਾਡੇ ਜੀ ਮੱਥਾ ਟੇਕਣ ਮੈਂਬਰਗਨ, ਚਲੇ ਗਏ ਹੁਣ ਬੁਲਾਓ ਜੀ, ਤੁਸੀਂ ਸਤਿ ਸ਼੍ਰੀ ਅਕਾਲ ਬੁਲਾਈ, ਬਾਏ ਹਾਏ ਸਤਿ ਸ਼੍ਰੀ ਅਕਾਲ ਬੁਲਾਉਂਦੇ ਪਏ ਆ। ਇੱਧਰ ਦੂਜੇ ਛੋਟੇ ਕੱਪੜੇ ਵੀ ਮੇਰੇ ਸਾਰੇ ਧੁੱਪ ਗਏ ਆ, ਹੁਣ ਮੈਂ ਫ੍ਰੀ ਹਾਂ, ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਨੁੱਚੜ ਜਾਏਗਾ ਨਾ, ਅਤੇ ਫਿਰ ਇਹਨਾਂ ਨੂੰ ਪਾਊਂਗੀ। ਆ ਕਾਫੀ ਦੇਖੋ ਪਾਣੀ ਬਿਲਕੁਲ ਸੁੱਕ ਗਿਆ, ਅੱਧਾ ਕੁ ਘੰਟਾ ਹੋਰ ਰਹਿੰਦਾਂਗੀ ਅਤੇ ਫਿਰ ਹੱਥ ਨਾਲ ਨਿਚੋੜ ਕੇ ਅਤੇ ਫਿਰ ਮੈਂ ਇਹਨਾਂ ਨੂੰ ਪਾ ਦੂੰਗੀ ਸੁੱਕਣੇ। ਆਹ ਮਸ਼ੀਨ ਵੀ ਮੇਰੀ ਖਾਲੀ ਹੋ ਚੁੱਕੀ ਹੈ, ਝਾੜੂ ਲੱਗ ਚੁੱਕਾ ਆ ਪੂਰਾ,
ਇੱਧਰ ਜੰਨਤ ਅਤੇ ਚਾਹ ਬਣਾਉਂਦੀ ਪਈ ਹੈ ਮਿਸਤਰੀਆਂ ਦੀ। ਇੱਧਰ ਵੀ ਪੂਰਾ ਸਾਫ਼ ਸੁਥਰਾ ਹੋ ਚੁੱਕਿਆ ਅਤੇ ਟਾਈਮ ਦੇਖੋ 8:35 ਮੈਂ ਪੂਰੀ ਫ੍ਰੀ ਹਾਂ। ਕਰੀਏ ਪੱਖਾ ਚਲਾਈਏ, ਬਿਲਕੁਲ ਫ੍ਰੀ ਹੋ ਚੁੱਕੇ ਹਾਂ। ਆਹ ਸੂਟ ਹੀ ਪਾ ਲਿਆ ਫਿਰ ਮੈਂ, ਕਿਉਂਕਿ ਨਾ ਦੂਜਾ ਸਾਰਾ ਗਿੱਲਾ ਹੋ ਗਿਆ ਸੀ ਕੱਪੜੇ ਧੋਂਦੇ ਹੋਏ, ਤਾਂ ਇਸ ਕਰਕੇ ਫਿਰ ਮੈਂ ਵੀ ਪਾ ਲਿਆ। ਹੁਣ ਬਸ ਬੈਠਣ ਲੱਗੇ, ਮੇਰੇ ਮੋਢੇ ਇੰਨੇ ਦੁਖਣ ਲੱਗ ਗਿਆ ਕਿਉਂਕਿ ਉਹ ਹੱਥਾਂ ਨਾਲ ਧੋਤੇ ਆ ਨਾ ਕੰਬਲ, ਪਹਿਲਾਂ ਲੱਥੜ ਕੇ ਫਿਰ ਹੱਥਾਂ ਨਾਲ ਕੱਢ ਕੱਢ ਕੇ, ਵਿੱਚੋਂ ਹੈਵੀ ਕੰਬਲ ਨੇ ਮੋਟੇ ਵਾਲੇ। ਅਤੇ ਹੁਣ ਬਸ ਬੈਠਦੀ ਹਾਂ, ਚਾਹ ਪੀਣੀ ਹੈ। ਹੁਣ ਇੱਕ ਵਾਰੀ ਸਵੇਰੇ ਚਾਹ ਪੀਤੀ ਸਰਦਾਰ ਜੀ ਨਾਲ, ਅਤੇ ਕਹਿਣਾ ਜਦੋਂ ਮੈਂ ਵੇਖਾਂ ਮੈਂ ਕੋਕਾ ਹੀ ਸੈੱਟ ਕਰਨ ਲੱਗ ਜਾਂਦੀ ਹਾਂ। ਹਜੇ ਸਿਰ ਨਹੀਂ ਮੈਂ ਕੀਤਾ, ਸਿਰ ਮੈਂ ਕਰੂੰਗੀ। ਹੁਣ ਬਸ ਫ੍ਰੀ ਹਾਂ, ਦੇਖਦੀ ਹਾਂ ਜੰਨਤ ਦਾ ਇੱਕ ਸੂਟ ਕੱਟੂੰਗੀ, ਦੇਖਦੀ ਹਾਂ। ਆਹ ਸੂਟ ਆ ਜੰਨਤ ਦਾ, ਇਹ ਅੱਜ ਕੱਟ ਕੇ ਰੱਖੂਗੀ, ਜੇ ਟਾਈਮ ਲੱਗਾ ਤਾਂ ਸੀਆਂਗੀ ਵੀ। ਬੜਾ ਪਿਆਰਾ ਇਹਦੇ ਨਾਲ ਦੇ ਕੋਟਨ ਦਾ ਦੁਪੱਟਾ ਹੈ, ਬਹੁਤ ਸੋਹਣਾ। ਅਤੇ ਜੰਨਤਾਂ ਦੀ ਮੰਮਾ ਮੈਨੂੰ ਆਹ ਸੀ ਦਿਉ, ਕਿਉਂਕਿ ਅਸੀਂ 1-2 ਤਰੀਕ ਨੂੰ ਜਾਣਾ ਆ ਸ਼ਾਇਦ ਕਿਤੇ, ਕਿੱਥੇ ਗਏ ਉਹ ਤੁਹਾਨੂੰ ਪਤਾ ਚੱਲ ਜਾਣਾ ਹੈ, ਵੀਡੀਓਜ਼ ਬਣਾਉਂਗੀ ਉੱਥੋਂ ਦੀਆਂ। ਔਰ ਬਸ ਜਨੂੰ ਆਪਣੀ ਵੀ ਚਾਹ ਲੈ ਆਈ, ਔਰ ਮਿਸਤਰੀਆਂ ਦੇਖ ਕੇ ਆਏਗੀ ਨਾਲ, ਆਪਣੀ ਵੀ ਚਾਹ ਲਏਗੀ ਪੀ ਕੇ। ਥੋੜ੍ਹੀ ਦੇਰ ਹੁਣ ਬਹਿੰਦੇ ਹਾਂ ਕਿਉਂਕਿ ਮੈਨੂੰ 1.5-2 ਘੰਟੇ ਲੱਗ ਗਿਆ ਕੰਬਲ ਧੋਂਦਿਆਂ ਨਾ, ਕਿਉਂਕਿ ਬਹੁਤ ਹੈ ਇਕੱਲੀ ਹੀ ਲੱਗੀ ਸੀ। ਅੱਗੇ ਜਨਰ ਠੀਕ ਹੋਏ ਤਾਂ ਨਾਲ ਲੱਗ ਜਾਂਦੀ, ਪਰ ਹੁਣ ਉਹਦੇ ਚਾਹ ਕਰਕੇ ਫਿਰ ਮੈਂ ਗਿੱਲਾ ਨਾ ਹੋਏ, ਇਸ ਲਈ ਬਸ ਹੁਣ ਚਲੋ ਮਿਲਦੀ ਹਾਂ ਫਿਰ ਤੁਹਾਨੂੰ ਬਾਅਦ 'ਚ। ਪੀਣ ਲੱਗਿਆ ਅਸੀਂ ਚਾਹ ਨਾਲ ਬਿਸਕੁਟ ਨਾਲੇ ਬਰਫੀ ਨਾ ਇਕੱਠੀ ਕਰਤੀ ਸੀ ਇੱਦਾਂ ਮੇਹਰ ਨੇ, ਅਤੇ ਇੱਦਾਂ ਬਣ ਗਈ ਹੈ। ਕਮਰੇ 'ਚ ਪੂਰਾ ਨਾ ਹਨੇਰਾ ਹਨੇਰਾ ਕੀਤਾ ਹੋਇਆ ਆ ਬੰਦ ਕਰਕੇ ਦਰਵਾਜ਼ੇ, ਵਧੀਆ ਲੱਗਦਾ ਇੱਦਾਂ ਬੈਠਣਾ। ਤੁਸੀਂ ਵੀ ਪੀ ਲਓ ਚਾਹ, ਜੰਨਤਾਂ ਦੀ ਮੇਰੇ ਵੱਲ ਨਾ ਕਰਿਓ, ਆ ਸਾਰੇ ਤੁਹਾਡੇ ਲਈ ਚਾਹ ਅਤੇ ਬਿਸਕੁਟ। ਨੇੜੇ ਹੁੰਦੇ ਤਾਂ ਮੈਂ ਖਵਾਉਂਦੀ, ਪਰ ਇੰਨੀ ਦੂਰ ਹੋ। ਇੱਦਾਂ ਮੈਂ ਹੁਣ ਲੱਗੀ ਇਹਨਾਂ ਨੂੰ ਨਿਚੋੜਨ, ਮੈਂ ਕਿਹਾ ਪਾਣੀ ਪਾਣੀ ਸਾਰਾ ਨਿਕਲ ਗਿਆ ਹੈ ਹੀ ਨਹੀਂ ਵਿੱਚ, ਜੇ ਕਿ ਇਹਦੇ ਵਿੱਚ ਵੇਖ ਲੈਂਦੇ ਹਾਂ ਜੇ ਹੋਇਆ ਤਾਂ। ਬਸ ਸੁੱਕਣੇ ਪਾ ਦਾਂਗੇ, 9 ਵਜੇ ਸਾਰੀ ਦਿਹਾੜੀ ਝਾਡੇ ਆਰਾਮ ਨਾਲ। ਇੱਥੇ ਹੈਗਾ ਪਾਣੀ ਆਵੇ ਦੇ ਜਨਤ, ਇਹਦੇ 'ਚ ਹੈਗਾ, ਇਹਨੂੰ ਨਿਚੋੜਦੇ ਆ। ਆ ਜਾ ਫਰ, ਔਰ ਇੰਨੇ ਸੋਹਣੇ ਸਾਫ਼ ਚਿੱਟੇ ਹੋ ਗਏ ਆ। ਇੱਦਾਂ ਇੱਦਾਂ ਰੋਲ ਕਰ ਕਰਕੇ ਨਾ ਪਾਣੀ ਆਪਾਂ ਇਹਨਾਂ ਦਾ ਨਿਚੋੜ ਦੇਣਾ। ਮੈਂ ਤਾਂ ਘੁਮਾ ਦੇ ਘੁਮਾਇਆ ਜਾ ਹੁਣ ਉੱਪਰ ਚੱਲੀਆਂ ਸੁੱਕਣੇ ਪਾਉਣ। ਮੰਮਾ ਮੈਂ ਉੱਤੇ ਸੁੱਕਣੇ ਪਾਤੇ ਆ, 4 ਇੱਧਰਲੇ ਸਾਈਡ ਨੇ, 2 ਉੱਧਰ ਨੇ, ਅਤੇ 2 ਆ ਨੀਚੇ ਪਾਤੀਆਂ ਆ। ਹੋਰ ਸਾਹ ਚੜ ਗਿਆ ਮੈਨੂੰ ਉੱਪਰ ਚੜ ਕੇ, ਹੁਣ ਹੈਂਡ ਵਾਸ਼ ਕਰ ਲਾਂ। ਹਾਂਜੀ ਸਵੇਰ ਤੋਂ ਬਾਅਦ 'ਚ ਮੈਂ ਹੁਣ ਤੁਹਾਨੂੰ ਮਿਲਦੀ ਪਈ ਹਾਂ। 6:30 ਵਜੇ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਪਿਆ, ਮੈਂ ਮੱਥਾ ਟੇਕ ਆਈ ਹਾਂ ਕਿਉਂਕਿ ਮੇਰੀ ਸਿਹਤ ਨਹੀਂ ਠੀਕ ਲੱਗਦੀ ਪਈ, ਅਤੇ ਮੈਂ ਅੰਦਰ ਹੀ ਆ ਗਈ ਹਾਂ। ਔਰ ਮੈਨੂੰ ਨਾ ਅੱਜ ਬੁਖਾਰ ਜਿਹਾ ਲੱਗਦਾ ਪਿਆ ਸੀਗਾ, ਉਹਦੀ ਵਜ੍ਹਾ ਤੋਂ ਫਿਰ ਮੈਂ ਸੌਂ ਗਈ 11:30 ਦੇ ਕਰੀਬ। ਮੈਂ ਉੱਠੀ ਹਾਂ 3 ਵਜੇ,
ਉਸ ਤੋਂ ਬਾਅਦ ਉੱਠ ਕੇ ਫਿਰ ਥੋੜ੍ਹੀ ਦੇਰ ਫੋਨ ਚਲਾਇਆ, ਵੀਡੀਓਜ਼ ਵਗੈਰਾ ਦੇਖੀਆਂ, ਉਹ ਦੇਖੀਆਂ। ਹੁਣ ਮੰਨਤ ਅੱਜ ਦਾਲ ਸਬਜ਼ੀ ਮੰਨਤ ਬਣਾਉਂਦੀ ਪਈ, ਦਾਲ ਹੀ ਬਣਦੀ ਪਈ ਇਹਦੇ ਨਾਲ, ਚਾਵਲ ਸਬਜ਼ੀ ਦੇ ਨਾਲ ਬਣਾਈ, ਕਿਉਂਕਿ ਕਰੇਲੇ ਥੋੜ੍ਹੇ ਜਿਹੇ ਪਏ ਹੋਏ ਆ, ਸਵੇਰੇ ਬਣਾਵਾਂਗੇ ਕੋਈ ਸਬਜ਼ੀ ਜਿਹੜੀ ਬਣਾਉਣੀ। ਨਹੀਂ ਮੈਂ ਨਹੀਂ ਜਾਣਾ, ਪਹਿਲਾਂ ਦਰਬਾਰ 'ਚ ਚੱਲੋ। ਕਿੱਥੇ ਆ ਭੰਡਾਰਾ? ਅੱਛਾ ਠੀਕ ਹੈ, ਇੱਥੇ ਭੰਡਾਰਾ ਵੀ ਲੱਗਾ, ਮੈਨੂੰ ਪਤਾ ਹੀ ਨਹੀਂ ਹੈ। ਚੱਲ ਦੇਖਦੀ ਹਾਂ ਕਿੰਨੇ ਕਿੰਨੇ ਜਾਣਾ। ਦੇਖ ਲਾਂਗੀ, ਤੇ ਡੈਡੀ ਨੇ ਆਉਣਗੇ ਉਦੋਂ ਚੱਲ ਜਾਂਗੇ, ਤੇ ਚੱਲ ਜੀ ਨਾਲ। ਹਾਂ ਇੱਥੇ ਭੰਡਾਰਾ ਲੱਗਾ, ਵੇਖ ਲਾਂਗੀ ਭੰਡਾਰੇ ਤੇ ਚੱਲ ਜਾਂਗੇ। ਪੂੜੀਆਂ ਆਉਣਗੀਆਂ ਅੱਜ, ਮੈਂ ਨਾ ਜਦੋਂ ਬੁਖਾਰ ਹੋਏ ਨਾ ਕੋਈ ਤਲੀ ਚੀਜ਼ ਖਾਣ ਨੂੰ ਦਿਲ ਕਰਦਾ ਪਿਆ, ਤਾਂ ਅੱਜ ਇਹਨਾਂ ਨੂੰ ਮੈਂ ਕਿਹਾ ਮੈਨੂੰ ਨਾ ਕੁਛ ਖਵਾ ਕੇ ਲਿਆਓ। ਆਉਂਦੇ ਚੱਲ ਦੇਖਦਾ ਜਦੋਂ ਮੈਂ ਆਉਂਦੇ ਹਾਂ, ਚੱਲਾਂਗੇ ਮਾਰਕੀਟ। ਮੈਂ ਮਾਰਕੀਟ ਉੱਥੇ ਤਾਂ ਨਹੀਂ ਜਾਣਾ, ਆਹ ਸਾਡੇ ਨੇੜੇ ਹੀ ਇੱਥੇ ਇੱਕ ਛੋਟਾ ਜਿਹਾ ਟਾਊਨ ਜਿਹਾ ਹੈ ਨਾ, ਉੱਥੇ ਜਾਂਦੇ ਹਾਂ ਅਤੇ ਮੋਮੋਸ ਖਾ ਕੇ ਆਊਂਗੀ। ਹੁਣ ਮੈਂ ਕਰਦੀ ਪਈ ਹਾਂ ਕੱਪੜੇ ਪ੍ਰੈਸ, ਇੱਕ ਸੂਟ ਇਹਨਾਂ ਦਾ, ਇੱਕ ਡੈਡੀ ਦਾ, ਪ੍ਰੈਸ ਹੋ ਗਿਆ ਆ। ਆ ਇਹਨਾਂ ਦੀ ਸ਼ਰਟ ਅਤੇ ਆਹ ਸੂਟ ਡੈਡੀ ਦਾ। ਡੈਡੀ ਕਈ ਵਾਰੀ ਨਾ ਆਪੇ ਹੀ ਪ੍ਰੈਸ ਕਰ ਲੈਂਦੇ ਆਪਣੇ ਕੱਪੜੇ, ਨਹੀਂ ਤਾਂ ਮੰਨਾ ਜੰਨਤ ਕਰ ਲੈਂਦੀ ਆ, ਨਹੀਂ ਤਾਂ ਡੈਡੀ, ਕਿਉਂਕਿ ਪ੍ਰੈਸ ਦਾ ਕੰਮ ਸਭ ਤੋਂ ਬੁਰਾ ਲੱਗਦਾ ਮੈਨੂੰ, ਸਭ ਤੋਂ ਗੰਦਾ ਕੰਮ ਮੈਨੂੰ ਇਹੀ ਲੱਗਦਾ ਆ। ਅਤੇ ਆਹ ਸੂਟ ਨਾ ਮੈਂ ਸਟਿਚ ਕਰਨ ਨੂੰ ਦਿੱਤੇ ਸੀ, ਉਹਦੇ ਦੁਪੱਟੇ ਕੱਢ ਕੇ ਰੱਖੇ ਹੋਏ ਆ, ਇਹ ਰੱਖਣੇ ਆ ਵਿੱਚ, ਜਦੋਂ ਪਾਊਂਗੀ ਅਤੇ ਉਦੋਂ ਨਾਲ ਨਾਲ ਹੀ ਦਿਖਾਵਾਂਗੀ ਤੁਹਾਨੂੰ ਕਿਹੜੇ ਕਿਹੜੇ ਸਟਿਚ ਕਰਾਏ ਆ। ਅਤੇ ਹੁਣ ਕੱਪੜੇ ਪ੍ਰੈਸ ਕਰਨਾ ਤਾਂ ਫਿਰ ਮਿਲਦੀ ਹੈ, ਜੇ ਭੰਡਾਰੇ 'ਤੇ ਗਏ ਤਾਂ ਉੱਥੇ ਵੀ ਮਿਲਾਂਗੀ, ਅਤੇ ਜੇ ਮੋਮੋਜ਼ ਖਾਣ ਗਏ ਤਾਂ ਉੱਥੇ ਵੀ ਮਿਲਾਂਗੀ। ਚਲੋ ਠੀਕ ਹੈ ਜੀ, ਆ ਗਏ ਹਾਂ ਜੀ ਅਸੀਂ ਭੰਡਾਰੇ 'ਤੇ, ਆ ਬਸ ਨਾਲ ਹੀ ਹੈ। ਜੀ ਲੰਗਰ ਛੱਕ ਕੇ ਘਰ ਆ ਗਏ ਹਾਂ, ਉੱਥੇ ਸੀਗੇ ਕਾੜੇ ਚਨੇ, ਕੜੀ, ਦਾਲ, ਚਾਵਲ, ਖੀਰ, ਮਿੱਠੇ ਵਾਲੇ ਪੂੜੇ, ਅਤੇ ਮੈਂ ਇੱਕ ਪੂੜਾ ਖਾਧਾ ਸੀਗਾ ਮਿੱਠੇ ਵਾਲਾ, ਖੀਰ, ਥੋੜ੍ਹੇ ਜਿਹੇ ਚਾਵਲ, ਅਤੇ ਮੰਡੇ ਸੀਗੇ ਮਤਲਬ ਰੁਮਾਲੀ ਰੋਟੀ। ਅਤੇ ਬਸ ਅੱਜ ਫਿਰ ਖਾਣ ਨਹੀਂ ਗਏ ਮੋਮੋਜ਼, ਉਹ ਹੁਣ ਕੱਲ੍ਹ ਨੂੰ ਖਾਵਾਂਗੇ। ਅਤੇ ਚਲੋ ਜੀ ਕੱਲ੍ਹ ਨੂੰ ਮਿਲਦੇ ਹਾਂ ਨੈਕਸਟ ਵਲੌਗ 'ਚ। ਕੱਲ੍ਹ ਬੱਚਿਆਂ ਦੀ ਛੁੱਟੀ ਹੈ, ਦੇਖਦੇ ਹਾਂ ਕੁਛ ਬਣਾਉਂਗੀ ਕਰ ਲਈ, ਜਾਂ ਕੋਈ ਵੀਡੀਓ, ਕੁਛ ਕੋਮੇਡੀ ਵੀਡੀਓ ਦੇਖਦੀ ਹਾਂ, ਬਣਵਾਉਣੀ ਹਾਂ ਇਹਨਾਂ ਤੋਂ ਜੇ ਬਣੀ। ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ, ਬਾਏ ਬਾਏ।